ਤੁਹਾਨੂੰ ਸ਼ੁਭ ਯਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੋ ਆਪਕਾ ਮੁੱਖ ਮੰਤਰੀ ਕੈਪਟਨ ਮਿੰਦਰ ਸਿੰਘ ਦੀ ਨਵੀਂ ਪਾਰਟੀ ਬਣਾਉਣ ਦੇ ਬਾਰੇ ਆਈ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ 'ਚ ਦਿੱਤਾ ਹੈ ਕਿ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਜਿੱਥੇ अगले साल होने वाली विधानसभा चो हजार बी तीन महीने का समा बखच सारे तैयारियां शुरू कर दुखी कैप्टन अपनी नवी पार्टी का एलान कर दिया गया सबका मुख्यमंत्री की नवी पार्टी का बारे वीडी खबर सामने आई है प्राप्त जानकारी अनुसार जिथे आने वाली चो कैप्टन अमरिंदर वालों कांग्रेस पार्टी के तहत ही चोणा लड़िया जा ਉੱਥੇ ਹੀ ਇਹ ਨਦੀ ਇਹ ਪਾਰਟੀ ਨੂੰ ਮਨਜ਼ੂਰੀ ਮਿਲਣ ਤੋਂ ਪਹਿਲਾਂ ਹੀ ਵਾਦਾਂ ਦੇ ਘੇਰੇ ਚ ਫਸ ਗਈ ਹੈ ਕੈਪ ਨਮਿੰਦਰ ਸਿੰਘ ਜਿੱਤੇ ਸੁਖਜਿੰਦਰ ਸਿੰਘ ਨੂੰ ਆਪਣੀ ਪਾਰਟੀ ਦਾ ਪ੍ਰਧਾਨ ਬਣਾਏ ਜਾਣ ਦਾ ਨਾਮ ਕੋਸ਼ਿਸ਼ ਕੀਤਾ ਗਿਆ ਹੈ ਉੱਥੇ ਚੋਣ ਕਮਿਸ਼ਨ ਨੇ ਸੁਖਜਿੰਦਰ ਸਿੰਘ ਨੂੰ ਨੋਟਿਸ ਚਾਰੀ ਕੀਤਾ ਗਿਆ ਜਿੱਥੇ ਉਹਨਾਂ ਦੇ ਖਿਲਾਫ ਪਹਿਲਾਂ ਹੀ ਧੋਕਾ ਧੜੀ ਦਾ ਕੇਸ ਚੱਲ ਰਿਹਾ ਹੈ ਜਿਸ ਦੀ ਜਾਂਚ ਲਈ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ ਜਿਸ ਬਾਰੇ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਸੁਖਜਿੰਦਰ ਸਿੰਘ ਨੇ ਆਖਿਆ ਹੈ ਕਿ ਉਹਨਾਂ ਦੇ ਖਿਲਾਫ ਸੀਬੀਆਈ ਵੱਲੋਂ 2019 ਵਿੱਚ ਕੇਸ ਸ਼ੁਰੂ ਕੀਤਾ ਗਿਆ ਸੀ ਜਿੱਥੇ ਉਹਨਾਂ ਦੇ ਖਿਲਾਫ 33 ਕਰੋੜ ਦਾ ਬੈਂਕ ਡਰਾਫ ਦਾ ਮਾਮਲਾ ਸਾਹਮਣੇ ਆਇਆ ਸੀ ਉੱਥੇ ਹੀ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਨਵ ਅਕਤੂਬਰ ਨੂੰ ਉਹਨਾਂ ਦੇ ਛਾਪਾ ਵੀ ਪਿਆ ਸੀ ਇਹ ਤੇ ਨਵੀਂ ਪਾਰਟੀ ਦੇ ਮੁਖੀ ਵਜੋਂ ਉਹਨਾਂ ਦਾ ਨਾਮ ਦੀ ਪੁਸ਼ਟੀ ਕੀਤੀ ਗਈ ਹੈ ਖਬਰ ਸਾਹਮਣੇ ਹੈ ਕਿ ਕੈਪਟਨ ਅਮਿੰਦਰ ਸਿੰਘ ਨੂੰ ਉਹਨਾਂ ਦੇ ਚੱਲ ਰਹੇ ਕੇਸ ਬਾਰੇ ਜਾਣਕਾਰੀ ਨਹੀਂ ਹੋਈ ਕਿ ਉਹਨਾਂ ਦਾ ਨਾਮ ਪਾਰਟੀ ਵੱਲੋਂ ਡਿਸਟ੍ਰੇ ਦਿੱਤਾ ਗਿਆ ਸੀ ਖਬਰਾਂ ਦਾ ਅਖੀਰ ਦੇਖਣ ਲਈ ਤੁਹਾਡਾ